ਉਹ ਵੀ ਪਲਾਨ ਕਰਦੇ ਹਨ ਕਿ ਸਾਡੇ ਜਦੋਂ ਬੱਚੇ ਪੈਦਾ ਹੋਣਗੇ ਤੇ ਅਸੀਂ ਉਹਨਾਂ ਨੂੰ ਡਾਕਟਰ ਇੰਜੀਨੀਅਰ ਵਕੀਲ ਔਰ ਸਰਕਾਰੀ ਨੌਕਰੀ ਅੱਛੇ ਸਕੂਲ ਚ ਪੜਾਣਾ ਅੱਛੀ ਉਹਨਾਂ ਨੂੰ ਖੁਰਾਕ ਅੱਛੀ ਐਜੂਕੇਸ਼ਨ ਦਵਾਂਗੇ ਹਾਲੇਲੂਇਆ ਹਾਲੇਲੂਇਆ ਦੇਖੋ ਇੱਕ ਹੰਨਾ ਸੀਗੀ ਪਰਮੇਸ਼ਵਰ ਦੀ ਦਾਸੀ ਹੰਨਾ ਬਾਰੇ ਕਿੰਨੇ ਲੋਕ ਜਾਣਦੇ ਆ ਹਾਲੇਲੂਇਆ ਜਦੋਂ ਅਸੀਂ ਪਹਿਲੇ ਸੈਕਲ ਦੀ ਆ ਪਹਿਲੇ ਹੀ ਅਧਿਆਇ ਦੇ ਵਿੱਚ ਦੇਖਦੇ ਆ ਹੰਨਾ ਬੇਔਲਾਦ ਸੀਗੀ ਉਹਦੇ ਔਲਾਦ ਨਹੀਂ ਸੀਗੀ ਹਾਲੇਲੂਇਆ ਤੇ ਉਹਨੂੰ ਬੜੀ ਸ਼ਰਮਿੰਦਗੀ ਇਸ ਕਾਰਨ ਸਹਿਣੀ ਪੈ ਰਹੀ ਸੀਗੀ ਬਾਈਬਲ ਦੇ ਵਿੱਚ ਲਿਖਿਆ ਹੰਨਾ ਭੁੱਬਾ ਮਾਰ ਮਾਰ ਕੇ ਰੋਂਦੀ ਸੀ ਪਰਮੇਸ਼ਵਰ ਦੇ ਅੱਗੇ ਕਿ ਪਰਮੇਸ਼ਵਰ ਤੂੰ ਮੈਨੂੰ ਬੇਟਾ ਦੇ ਪਰਮੇਸ਼ਵਰ ਤੂੰ ਮੈਨੂੰ ਬੇਟਾ ਦੇ ਪਰਮੇਸ਼ਵਰ ਤੂੰ ਮੈਨੂੰ ਬੇਟਾ ਦੇ ਭੁੱਬਾ ਮਾਰ ਮਾਰ ਕੇ ਰੋਂਦੀ ਸੀਗੀ ਤੇ ਉਹਨੇ ਇੱਕ ਪਰਮੇਸ਼ਵਰ ਦੇ ਨਾਲ ਵਾਚਾ ਬੰਨੀ ਉਹਨੇ ਪਰਮੇਸ਼ਵਰ ਦੇ ਨਾਲ ਇੱਕ ਵਾਅਦਾ ਕੀਤਾ ਪਰਮੇਸ਼ਵਰ ਜੇ ਤੂੰ ਮੈਨੂੰ ਹੁਣ ਬੇਟਾ ਦਵੇਂਗਾ ਜੇ ਤੂੰ ਮੈਨੂੰ ਹੁਣ ਬੇਟਾ ਦਵੇਂਗਾ ਪਰਮੇਸ਼ਵਰ ਜੀਵਨ ਦੇ ਆਖਰੀ ਸਾਹ ਤੱਕ ਉਹ ਤੇਰਾ ਸੇਵਕ ਬਣੇਗਾ ਹਾਲੇਲੂਇਆ ਹਾਲੇਲੂਇਆ ਪਰਮੇਸ਼ਵਰ ਨੇ ਉਹਦੀ ਪ੍ਰਾਰਥਨਾ ਨੂੰ ਸੁਣਿਆ ਪਰਮੇਸ਼ਵਰ ਨੇ ਉਹਦੀ ਬੰਦ ਕੁੱਕ ਨੂੰ ਖੋਲ ਦਿੱਤਾ ਬਾਈਬਲ ਦੇ ਵਿੱਚ ਲਿਖਿਆ ਉਹਨੇ ਜੋ ਵਾਅਦਾ ਕੀਤਾ ਸੀ ਪਰਮੇਸ਼ਵਰ ਦੇ ਨਾਲ ਤੇ ਬਾਈਬਲ ਦੇ ਵਿੱਚ ਲਿਖਿਆ ਉਹਦੇ ਬੇਟਾ ਪੈਦਾ ਹੋਇਆ ਤੇ ਨਾਮ ਸੈਮੂਅਲ ਰੱਖਿਆ ਗਿਆ ਸੈਮੂਅਲ ਜੀਵਨ ਦੇ ਆਖਰੀ ਸਾਹ ਤੱਕ ਪਰਮੇਸ਼ਵਰ ਦਾ ਸੇਵਕ ਬਣਿਆ ਰਿਹਾ ਕਿੰਨੇ ਲੋਕ ਆਮੀਨ ਬੋਲਦੇ ਆ ਉਹ ਵੀ ਮਾਤਾ ਸੀਗੀ ਵੱਡਿਆਂ ਨੂੰ ਵੀ ਮਾਤਾ ਹੀ ਸੀਗੀ ਹਾਲੇਲੂਇਆ ਉਹਨੂੰ ਵੀ ਬੜੇ ਸਾਲਾਂ ਬਾਅਦ ਪੁੱਤਰ ਮਿਲਿਆ ਸੀ ਹਨਾ ਤੁਹਾਡੇ ਵਾਂਗ ਉਹ ਵੀ ਸੋਚ ਰਹੇ ਸੀ ਕਿ ਸਾਡਾ ਘਰ ਦਾ ਵਾਰਿਸ ਆ ਤੇ ਉਹਨੂੰ ਹੁਣ ਪੜ੍ਹਾਈਏ ਲਿਖਾਈਏ ਤੇ ਕੋਈ ਨੌਕਰੀ ਲਾਈਏ ਪਰ ਉਹਨੇ ਏਦਾਂ ਦਾ ਵਾਅਦਾ ਨਹੀਂ ਕੀਤਾ ਉਹਦਾ ਵਾਅਦਾ ਕੀ ਸੀਗਾ ਉਹਦਾ ਵਾਅਦਾ ਹੀ ਇਹ ਸੀਗਾ ਕਿ ਪਰਮੇਸ਼ਵਰ ਜੇ ਤੂੰ ਮੈਨੂੰ ਪੁੱਤਰ ਦਵੇਂ ਤਾਂ ਮੈਂ ਤੇਰੀ ਸੇਵਾ ਲਈ ਦੇ ਦਵਾਂਗੀ ਮੈਂ ਤੇਰੇ ਲਈ ਤੇਰੇ ਲਈ ਬਖਸ਼ ਦਵਾਂਗੀ ਪਰਮੇਸ਼ਵਰ ਤੇਰੇ ਚਰਨਾਂ ਵਿੱਚ ਚੜਾ ਦਵਾਂਗੀ ਜਦੋਂ ਪੁੱਤਰ ਪੈਦਾ ਹੋਇਆ ਤਾਂ ਏਲੀ ਕੋ ਗਈ ਪਰਮੇਸ਼ਵਰ ਦੇ ਭਵਨ ਦੇ ਵਿੱਚ ਗਈ ਤਾਂ ਉੱਤੇ ਸੈਮੂਅਲ ਨੂੰ ਜਾ ਕੇ ਚੜਾ ਕੇ ਆ ਗਈ ਕਿ ਇਹ ਪਰਮੇਸ਼ਵਰ ਦਾ ਨਜ਼ੀਰ ਬਣੇਗਾ ਪਰਮੇਸ਼ਵਰ ਦਾ ਸੇਵਕ ਬਣੇਗਾ ਬੋਲੋ ਆਮੇ ਹਾਲੇਲੂਇਆ ਹਾਲੇਲੂਇਆ ਅਸੀਂ ਸਾਡੇ ਬੱਚੇ ਹੋਣ ਦੇ ਬਾਵਜੂਦ ਵੀ ਅਸੀਂ ਨਹੀਂ ਚਾਹੁੰਦੇ ਕਿ ਉਹ ਪਾਸਟਰ ਦੇ ਨਾਲ ਸੰਗਤ ਕਰੇ ਪਾਸਟਰ ਦੇ ਕੋਲ ਸਿੱਖਿਆ ਲਵੇ ਪਾਸਟਰ ਦੇ ਨਾਲ ਦਿਨ ਰਾਤ ਰਵੇ ਉਹ ਵੀ ਪਾਸਟਰ ਦਾ ਵਾਂਗ ਕੰਮ ਕਰੇ ਉਹ ਵੀ ਪ੍ਰੀਚ ਕਰੇ ਪਰਮੇਸ਼ਵਰ ਦੀ ਸੇਵਾ ਕਰੇ ਹਾਲੇਲੂਇਆ ਜਿਸ ਘਰ ਦੇ ਵਿੱਚ ਸੁਣ ਲਓ ਧਿਆਨ ਨਾਲ ਜਿਸ ਘਰ ਦੇ ਵਿੱਚ ਇੱਕ ਵੀ ਸੇਵਕ ਨਹੀਂ ਹੈਗਾ ਨਾ ਉਹ ਘਰ ਬਣਿਆ ਨਹੀਂ ਰਹਿੰਦਾ ਅੱਜ ਮੈਂ ਚਾਹੁੰਦਾ ਹਰੇਕ ਘਰ ਦੇ ਵਿੱਚ ਇੱਕ ਇੱਕ ਫੈਸਲਾ ਕਰ ਲਓ ਕਿ ਕਿਹਨੇ ਪ੍ਰਭੂ ਦੀ ਸੇਵਾ ਕਰਨੀ ਹੈ ਜਿਹਨੂੰ ਪਰਮੇਸ਼ਵਰ ਦੀ ਬੁਲਾਟ ਆ ਸੇਵਾ ਕਰਨ ਦੀ ਉਹਨੂੰ ਸੇਵਾ ਕਰਨ ਦਿਓ ਬੋਲੋ ਆਮੇਨ ਆਮੇਨ ਪਤੀ ਪਤਨੀ ਪਰਮੇਸ਼ਵਰ ਦੀ ਆਗਿਆਕਾਰੀ ਤੇ ਉਹਨਾਂ ਦੇ ਜਿਹੜੇ ਬੱਚੇ ਆ ਬਾਲਕ ਆ ਉਹ ਆਗਿਆਕਾਰੀ ਤੇ ਉਸ ਤੋਂ ਬਾਅਦ ਜਿਹੜੇ ਛੋਟੇ ਬੱਚੇ ਬਾਲਕ ਆ ਉਹ ਆਪਣੇ ਮਾਂ ਪਿਓ ਦੇ ਆਗਿਆਕਾਰੀ ਹੋਣਗੇ ਤਾਂ ਘਰ ਜਿਹੜਾ ਆ ਉਹ ਚੱਟਾਨ ਦੇ ਉੱਤੇ ਬਣ ਰਿਹਾ ਆ ਲੋਕ ਆਮੇਨ ਬੋਲਿਆ ਬਾਈਬਲ ਚੋਂ ਪੜ੍ਹਿਆ ਨਾ ਜਿਹੜਾ ਘਰ ਚੱਟਾਨ ਤੇ ਬਣਿਆ ਹੋਇਆ ਉਹ ਕਦੇ ਵੀ ਡਿੱਗਦਾ ਉਹ ਕਦੇ ਵੀ ਹਿਲਦਾ ਨਹੀਂ ਚਾਹੇ ਤੂਫਾਨ ਚਾਹੇ ਹਨੇਰੀ ਚਾਹੇ ਕਾਲ ਆ ਜਾਏ ਉਹ ਘਰ ਕਦੇ ਵੀ ਹਿੱਲੇਗਾ ਨਹੀਂ ਕਿਹੜਾ ਘਰ ਬਣਾਉਣਾ ਚਾਹੁੰਦੇ ਹੋ ਚੱਟਾਨ ਵਾਲਾ ਜਾਂ ਰੇਤ ਵਾਲਾ ਬੋਲ ਦੋ ਆਮੇਨ ਹਾਲੇਲੂਇਆ ਔਰ ਪਰਮੇਸ਼ਵਰ ਦਾ ਦਾਸ ਨਾ ਰਾਜਾ ਦਾਊਦ ਗਾ ਕੇ ਦੱਸਦਾ ਇਹਨੂੰ ਹਾਲੇਲੂਇਆ ਕਹਿੰਦਾ ਰੇਤ ਉੱਤੇ ਘਰ ਨਾ ਰੇਤ ਉੱਤੇ ਘਰ ਬਣਦਾ ਜਦੋਂ ਪਤੀ ਪਤਨੀ ਦੀ ਬਣਦੀ ਨਹੀਂ ਬੱਚੇ ਆਗਿਆਕਾਰੀ ਨੇ ਹਨਾ ਪਰਮੇਸ਼ਵਰ ਦੇ ਵਚਨ ਦਾ ਕੋਈ ਡਰ ਨਹੀਂ ਹਾਲੇਲੂਇਆ ਚਰਚ ਆਣਾ ਕਾਫੀ ਨਹੀਂ ਹੁੰਦਾ ਹੈਗਾ ਚਰਚ ਆ ਜਾਣਾ ਬੰਦਗੀ ਕਰ ਲੈਣੀ ਨੂੰ ਇਹ ਕਾਫੀ ਨਹੀਂ ਹੁੰਦਾ ਅਸੀਂ ਪਰਮੇਸ਼ਵਰ ਦੇ ਵਾਂਗ ਪਰਮੇਸ਼ਵਰ ਦੇ ਸੇਵਕਾਂ ਵਾਂਗ ਪਰਮੇਸ਼ਵਰ ਦੇ ਆਗਿਆਕਾਰੀ ਬਣਨਾ ਹੈ ਬੋਲੋ ਆਮੇਨ ਆਗਿਆਕਾਰੀ ਬਣਾ ਕੇ ਆਪਣੇ ਬੱਚਿਆਂ ਨੂੰ ਸਿਖਾਉਣਾ ਹੈ ਜੇ ਮੈਂ ਕਹਿ ਦਵਾਂ ਮਹੀਨੇ ਬਾਅਦ ਇੱਥੇ ਬਾਈਬਲ ਸਟੱਡੀ ਅਸੀਂ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਬਹੁਤ ਸਾਰੇ ਆਪਣੇ ਬੱਚਿਆਂ ਨੂੰ ਤਿਆਰ ਨਹੀਂ ਕਰਨਗੇ ਬਾਈਬਲ ਸਟੱਡੀ ਲੈਣ ਤਿਆਰ ਕਰ ਦੋਗੇ ਬੋਲੋ ਔਖਾ ਨਾ ਕਿ ਸੇਵਕ ਨਹੀਂ ਬਣਾਉਣਾ ਸੇਵਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਬੜਾ ਬਿਜ਼ੀ ਲਾਈਫ ਆ ਹਰ ਜਗ੍ਹਾ ਜਾਣਾ ਪੈਂਦਾ ਪ੍ਰਾਰਥਨਾ ਕਰਨੀ ਪੈਂਦੀ ਆ ਸਿੱਖਣਾ ਪੈਂਦਾ ਆ ਸਿਖਾਉਣਾ ਪੈਂਦਾ ਆ ਹੈ ਨਾ
बड़ा औखा आ। हले लुईया वह भी तो किसी मावा के पोते आ जोड़े औखे काम करते वह भी तो हन्ना का पुत्र सगा जिन्हें हले जन्म ही नहीं लिया सगा उन्हें कहा सगा कि मैं परमेश्वर तेरी सेवा लिए दे दवागा। हले लुईया उन्हें परमेश्वर के नाल यह वाचा माले कि मैं इसनों परमेश्वर तेरी सेवा लिए दवागी और परमेश्वर तेरी सेवा करेगा जीवन के आखिरी साथ तक। किन लोग आमीन बोलते हैं। जे अज तो पहले शुरू नहीं नवी जिंदगी दिया नसीहतां तां अज तो असीं इहनूं की करना आ शुरू करना आ इह नवी जिंदगी दियां नसीहतां आ कि असीं और साडा परिवार परमेश्वर दे वचन दी आज्ञाकारी करांगे। किन लोग आमीन बोलते हैं। अगे पढ़िए मेरे ना हे बालको इत्थों भी आई तो हे बालको तुसी सपनी गली अपने मापिया दी आज्ञाकारी करो क्यों जो प्रभु विच एक गल मन पौनी है। ये बच्चियां दे लई आ कि वो अपने माँ प्यो दी आज्ञाकारी करन। हाँ हे पिताओं जेड़े पिता आ जेड़े पिता आ वो की करन तुसी अपने बालकां नू ना खिजाओ तुसी अपने बालकां नू खिजाओ ना भाई वो किते मन ना हार दें उन्हां दा मन ना टुट जाए। हालेलुया हालेलुया कि अब्राहम अपने बेटे नू खिजा रहा सगा जाके उन्हों सिखा रहा है परमेश्वर की आज्ञाकारी कि करनी। उन्हें सिखाया अपने बेटे इसाक उत्पत्ति जो बाई अध्याय देखते हैं वो लिखा आ कि अब्राहम ने अपने बेटे नू सिखाया कि जिदा मैं चल रहा उदे उदे तू मेरे पिछे चल तो अपने बेटे नू खिजाया नहीं उन्हें उनकी गल्लां का उत्तर भी उन्हें दिता उत्तर किदा दिता। इसाक ने पूछा पिता जी असी बलिदार देन चले हाँ लकड़ा भी आ ते छुरी भी आ पर बलि लई बकरा कित्थे आ। अब्राहम ने की किया देखो अब्राहम पता सगा कि बलि दा बकरा तू ही बन वाला तेरी मैं बलि चढ़ाण चला। अब्राहम ने इदा नहीं किया तेरी बलि देन चला उन्हें किया जिस परमेश्वर नूं असी जानदे हाँ जिहड़ा जिंदा परमेश्वर आ वह बलि दा खुद इंतजाम करेगा। हालेलुया वो विश्वास दे नाल बोल रहा सीगा कि परमेश्वर इंतजाम करेगा। पिता नूं चाहिदा आ कि वह हाथ जोड़ के परमेश्वर दे अगे घुटने टेक के अपने बच्चे लिए प्रार्थना करे कि उन्हां दा मन कदे भी हारे ना बल्कि दलेरी दे नाल परमेश्वर दे वचनां नूं पढ़दा परमेश्वर दे हुक्मां नूं चले परमेश्वर दे विच अपना मन मगन रखे उन्होंने प्रार्थना करे अपने बच्चों के लिए पिता नूं चाहिदा आ। हाँ जी अगे पढ़ो हे नौकरो तुसी सभनी गली अपने संसारक मालकां दी आज्ञाकारी करो संसारिक मालकां दी आज्ञाकारी करो अते मनुखां दे रिझाउण वालियां वांग विखावे दी नौकरी नहीं सगों मन दी सफाई नाल प्रभु दे भय नाल करो। किन्ने लोग नौकरी करदे आ नौकरी किन्ने लोग करदे हाथ खड़ा करिए कोई नौकरी नहीं करता बी। हालेलुया भैन भी कई नौकरी कर दी आंगनवाड़ी के टीचर्स आ कई जॉब करते जिते भी तुम जॉब करते हो जरूरी नहीं कि नौकर उन्होंने कहा जाता जे घर झाड़ू पोचले रखते नो जो नौकरी करते वह भी अपने मालकों के की आ नौकर ही करते और बाइबल दे विच लिखा जिस जॉब के हो जिस काम के हो स्टिचिंग करते हो कोई टीचर का कोर्स करते हो जा उते तुसी पढ़ाते हो जा ट्यूशन क्लासा लेंदे हो कोई भी काम करते हो जा फैक्ट्री च हो तुसी अपने मालकां नूं वफादारी दिखानी है उन्हें नूं धोखा नहीं देना है। हालेलुया धोखा किदां दे सकते हैं कि भाई तुहानूं उत्थे 20,000 मिल रहा है तो दूजा मालिक तुहानूं आके लालच दे रहा मैं तुहानूं 25,000 देवांगा। नो सानूं 25,000 की जरूरत नहीं जिथे परमेश्वर ने सानू रखिया उत्थे ही असी वफादारी दिखानी आ। किन्ने लोग आमीन बोल रहे आ। जे तुसी अपने मालकां नाल वफादार रहोगे तो सबना दा मालिक भी साडे नाल वफादार रहेगा। किन्ने लोग आमीन बोल रहे हो। अगे पढ़िए हाँ जो कुछ तुसी करो जो भी तुसी करो सो चित ला के प्रभु दे लई करो। देखो चित ला के प्रभु दे लई करो ना मनुखां दे लई। देखो ये गल्लां जिहड़ी अज मैं तुहानूं सिखा रहा हां
ਇਹ ਇਨਸਾਨਾਂ ਦੇ ਲਈ ਨਹੀਂ, ਇਨਸਾਨਾਂ ਨੂੰ ਦਿਖਾਉਣ ਦੇ ਲਈ ਨਹੀਂ ਹੈਗਾ। ਹਾਲੇਲੂਇਆ, ਹਾਲੇਲੂਇਆ। ਇਹ ਇਨਸਾਨਾਂ ਨੂੰ ਦਿਖਾਉਣ ਦੇ ਲਈ ਨਹੀਂ ਹੈਗਾ, ਬਲਕਿ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਪੂਰਾ ਕਰਨ ਦੇ ਲਈ ਕਰਨ ਜਾ ਰਹੇ ਹਾਂ। ਜੇ ਪਤਨੀ ਆਪਣੇ ਪਤੀ ਦਾ ਆਦਰ ਕਰਦੀ ਆ ਤਾਂ ਉਹ ਉਹਨੂੰ ਦਿਖਾਉਣ ਦੇ ਲਈ ਨਹੀਂ ਕਰਦੀ, ਉਹ ਕਿਉਂ ਕਰਦੀ ਆ? ਕਿਉਂਕਿ ਪਰਮੇਸ਼ਵਰ ਦਾ ਵਚਨ ਉਹਨੂੰ ਦੱਸ ਰਿਹਾ ਆ। ਇਹਨੂੰ ਲੋਕ ਆਮੀਨ ਬੋਲਿਆ। ਪਤੀ ਆਪਣੇ ਪਤਨੀ ਦੇ ਨਾਲ ਚੱਲ ਰਿਹਾ ਆ ਤਾਂ ਉਹ ਉਹਨੂੰ ਦਿਖਾਉਣ ਦੇ ਲਈ ਨਹੀਂ ਕਰ ਰਿਹਾ, ਉਹ ਕਿਹਦਾ ਵਚਨ ਪੂਰਾ ਕਰ ਰਿਹਾ? ਪਰਮੇਸ਼ਵਰ ਦਾ ਵਚਨ ਪੂਰਾ ਕਰ ਰਿਹਾ। ਬਾਲਕ ਸੁਣ ਲਓ, ਬਾਲਕ ਜੇ ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਕਰਦੇ ਆ ਤਾਂ ਉਹ ਆਪਣੇ ਮਾਤਾ ਪਿਤਾ ਨੂੰ ਦਿਖਾਉਣ ਦੇ ਲਈ ਨਹੀਂ, ਬਲਕਿ ਪਰਮੇਸ਼ਵਰ ਦੇ ਵਚਨ ਨੂੰ ਪੂਰਾ ਕਰ ਰਹੇ ਆ। ਕਿੰਨੇ ਲੋਕ ਆਮੀਨ ਬੋਲ ਰਹੇ ਆ? ਹਾਲੇਲੂਇਆ, ਹਾਲੇਲੂਇਆ। ਜੇ ਪਿਤਾ ਆਪਣੇ ਬੱਚਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਉਂਦਾ ਆ, ਉਹਨਾਂ ਦੇ ਲਈ ਗੋਡੇ ਟੇਕਦਾ ਆ, ਤਾਂ ਉਹ ਉਹਨਾਂ ਦੇ ਲਈ ਨਹੀਂ ਬਲਕਿ ਪਰਮੇਸ਼ਵਰ ਦੇ ਹੁਕਮ ਨੂੰ ਪੂਰਾ ਕਰੇ। ਇੱਕ ਨੌਕਰ ਜਿਹੜਾ ਕੰਮ ਕਰ ਰਿਹਾ ਆ, ਜੋ ਆਪਣੇ ਮਾਲਿਕ ਨਾਲ ਵਫਾਦਾਰੀ ਦਿਖਾ ਰਿਹਾ, ਉਹ ਮਾਲਿਕ ਨੂੰ ਖੁਸ਼ ਕਰਨ ਲਈ ਨਹੀਂ ਬਲਕਿ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰ ਰਿਹਾ ਆ। ਬੋਲੋ ਆਮੇਨ, ਹਾਲੇਲੂਇਆ। ਬੋਲ ਦਿਓ ਹਾਲੇਲੂਇਆ। ਬੜਾ ਔਖਾ ਆ ਆਪਣੇ ਬੱਚਿਆਂ ਨੂੰ ਸੇਵਕ ਬਣਾਉਣਾ, ਬੜਾ ਔਖਾ ਆ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਪਰਮੇਸ਼ਵਰ ਦੀ ਸੇਵਕਾਈ ਦੇ ਲਈ ਸੌਂਪ ਦੇਣਾ। ਹਾਲੇਲੂਇਆ। ਇਹ ਮਨ ਕਿਸੇ ਕਿਸੇ ਦਾ ਹੀ ਹੋ ਸਕਦਾ ਆ, ਹੰਨਾ ਵਰਗੀ ਔਰਤ ਦਾ ਹੋ ਸਕਦਾ ਆ, ਹੰਨਾ ਵਰਗੀ ਮਾਤਾ ਦਾ ਹੋ ਸਕਦਾ ਆ। ਹਾਲੇਲੂਇਆ। ਅਬਰਾਹਮ ਵਰਗੇ ਪਿਤਾ ਦਾ ਹੋ ਸਕਦਾ ਆ। ਅਬਰਾਹਮ ਪਿਤਾ ਦੇ ਦੇਖੋ, ਉਹਨੂੰ 100 ਸਾਲ ਬਾਅਦ ਪੁੱਤਰ ਮਿਲਿਆ, ਉਹਨੂੰ ਵੀ ਬਲੀਦਾਨ ਕਰਨ ਦੇ ਲਈ ਪਰਮੇਸ਼ਵਰ ਦੇ ਲਈ ਦੇ ਦਿੱਤਾ। ਉਹ ਪਿਤਾ ਏਦਾਂ ਦੇ ਪਿਤਾ ਹੋਣੇ ਚਾਹੀਦੇ ਆ, ਏਦਾਂ ਦੇ ਮਾਂ ਬਾਪ ਹੋਣੇ ਚਾਹੀਦੇ ਆ, ਹੰਨਾ ਵਰਗੀ ਮਾਂ ਤੇ ਅਬਰਾਹਮ ਵਰਗਾ ਪਿਤਾ ਹੋਣਾ ਚਾਹੀਦਾ ਆ। ਹਾਲੇਲੂਇਆ, ਹਾਲੇਲੂਇਆ। ਜਿਨ੍ਹਾਂ ਨੇ ਆਪ ਤਾਂ ਪਰਮੇਸ਼ਵਰ ਦੀ ਭਗਤੀ ਕੀਤੀ, ਆਪ ਤਾਂ ਉਹਨਾਂ ਨੇ ਲਾਂਘਤਾਂ ਵੀ ਸਹੀਆਂ, ਉਹਨਾਂ ਨੇ ਦੁੱਖ ਵੀ ਉਠਾਇਆ, ਪਰ ਲਾਸਟ ਜਦੋਂ ਪਰਮੇਸ਼ਵਰ ਦੀ ਬਰਕਤ ਮਿਲੀ, ਉਹ ਵੀ ਪਰਮੇਸ਼ਵਰ ਦੇ ਲਈ ਸੌਂਪ ਦਿੱਤਾ। ਉਹਨਾਂ ਨੂੰ ਪਤਾ ਸੀਗਾ ਕਿ ਸਾਡਾ ਮਾਲਿਕ, ਸਾਡਾ ਪਰਮੇਸ਼ਵਰ ਜਿਹਦੀ ਅਸੀਂ ਸੇਵਾ ਕਰਦੇ ਹਾਂ, ਉਹ ਸਾਨੂੰ ਤੇ ਸਾਡੇ ਬੱਚਿਆਂ ਨੂੰ ਕਦੇ ਵੀ ਅਨਾਥ ਨਹੀਂ ਛੱਡੇਗਾ। ਕਿੰਨੇ ਲੋਕ ਆਮੇਨ ਬੋਲਦੇ ਆ? ਹਾਲੇਲੂਇਆ। ਲਾਸਟ ਵਿੱਚ ਜਦੋਂ ਅਸੀਂ ਜਾਣੇ, 4:1 ਪੜ੍ਹੀਏ। ਹਾਂ, ਹੇ ਮਾਲਕੋ, ਦੇਖੋ ਮਾਲਕਾਂ ਦੇ ਬਾਰੇ ਵੀ ਹੁਕਮ ਹੈ। ਹਾਂ, ਤੁਸੀਂ ਆਪਣੇ ਨੌਕਰਾਂ ਨਾਲ ਇਹੋ ਜਿਹਾ ਵਰਤਾਰਾ ਕਰੋ, ਇਹੋ ਜਿਹਾ ਵਰਤਾਵਾ ਕਰੋ ਜਿਹੜਾ ਐਨ ਠੀਕ, ਜਿਹੜਾ ਐਨ ਠੀਕ ਅਤੇ ਜਥਾਰਥ ਹੈ, ਜਿਹੜਾ ਜਥਾਰਥ ਹੈ, ਕਿਉਂ ਜੋ ਤੁਸੀਂ ਜਾਣਦੇ ਹੋ, ਕਿਉਂਕਿ ਤੁਸੀਂ ਜਾਣਦੇ ਹੋ ਭਾਈ ਸਵਰਗ ਵਿੱਚ ਤੁਹਾਡਾ ਵੀ ਇੱਕ ਮਾਲਕ ਹੈ। ਆਮੇਨ, ਹਾਲੇਲੂਇਆ। ਦੇਖੋ ਪਰਮੇਸ਼ਵਰ ਨੇ ਸਭ ਦੇ ਬਾਰੇ, ਇੱਕ ਫੈਮਿਲੀ ਦੇ ਬਾਰੇ, ਫੈਮਿਲੀ ਨੂੰ ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ, ਕਿੱਦਾਂ ਕਿੱਦਾਂ ਪਰਮੇਸ਼ਵਰ ਦੇ ਵਚਨ ਮੁਤਾਬਿਕ ਅੱਗੇ ਵਧਣਾ ਆ। ਜੇ ਤੁਸੀਂ ਅੱਜ ਕੰਨਾਂ ਨੂੰ ਖੋਲ੍ਹ ਕੇ ਸੁਣਦੇ ਹੋ, ਇਹ ਫੈਮਿਲੀ ਦੀਆਂ ਜਿਹੜੀਆਂ ਨਵੀਆਂ ਜ਼ਿੰਮੇਵਾਰੀਆਂ ਆ, ਇਹ ਤੁਸੀਂ ਸਿੱਖ ਰਹੇ ਹੋ, ਤਾਂ ਮੈਂ ਸੋਚਦਾ ਇਹ ਪਰਿਵਾਰ ਦੇ ਵਿੱਚ ਬੜੀਆਂ ਬਰਕਤਾਂ ਲੈ ਕੇ ਆਉਣ ਜਾ ਰਹੀਆਂ ਆਉਣ ਵਾਲੇ ਦਿਨਾਂ ਵਿੱਚ। ਹਾਲੇਲੂਇਆ। ਬੜੀਆਂ ਆਸ਼ੀਸ਼ਾਂ ਲੈ ਕੇ ਆ ਰਹੀਆਂ ਆ। ਹਾਲੇਲੂਇਆ। ਕਿਉਂਕਿ ਇਹ ਜਿਹੜੇ ਸ਼ਬਦ ਹਨ, ਇਹ ਜਿਹੜਾ ਝਗੜਾ ਆ, ਇਹ ਜਿਹੜਾ ਇੱਕ ਦੂਜੇ ਦੀ ਇੱਜ਼ਤ ਨਹੀਂ ਕਰਨਾ, ਆਗਿਆਕਾਰੀ ਨਹੀਂ ਕਰਨਾ, ਇਹ ਸਾਡੀਆਂ ਬਰਕਤਾਂ ਨੂੰ ਰੋਕੀ ਰੱਖਦਾ ਆ। ਬਰਕਤਾਂ ਵਾਲਾ ਦੇਣ ਵਾਲਾ ਤਾਂ ਸਾਹਮਣੇ ਖੜਾ ਆ, ਬਰਕਤਾਂ ਦੇਣ ਵਾਲਾ ਸਾਹਮਣੇ ਖੜਾ ਆ, ਪਰ ਜਿੱਥੇ ਬਰਕਤਾਂ ਜਾਣੀਆਂ ਉਹ ਤਿਆਰ ਨਹੀਂ ਹਨ। ਹਾਲੇਲੂਇਆ। ਉਹ ਰੈਡੀ ਨਹੀਂ ਹਨ ਪਰਮੇਸ਼ਵਰ ਦੀ ਬਰਕਤ ਪਾਉਣ ਦੇ ਲਈ, ਪਰਮੇਸ਼ਵਰ ਦੀ ਸਾਮਰਥ ਪਾਉਣ ਦੇ ਲਈ, ਤਾਕਤ ਪਾਉਣ ਦੇ ਲਈ। ਅੱਜ ਕਿੰਨੇ ਮਾਂ ਬਾਪ ਔਰ ਪਤੀ ਪਤਨੀ ਔਰ ਬੱਚੇ ਅੱਜ ਪਰਮੇਸ਼ਵਰ ਦੇ ਵਚਨ ਨੂੰ ਥਾ ਕੇ ਅੱਜ ਪ੍ਰਾਰਥਨਾ ਕਰਵਾ ਰਹੇ ਅਤੇ ਕਰਨੀ ਚਾਹੁੰਦੇ ਤੇ ਫੈਸਲਾ ਲੈਣ ਜਾ ਰਹੇ ਆ ਕਿ ਅੱਜ ਤੋਂ ਬਾਅਦ ਸਾਡਾ ਪਰਿਵਾਰ ਮਸੀਹੀ ਪਰਿਵਾਰ ਹੋਵੇਗਾ। ਕਿੰਨੇ ਲੋਕ ਆਮੇਨ ਬੋਲਦੇ ਆ? ਹਾਲੇਲੂਇਆ। ਇੱਕ ਵਾਰ ਤੁਸੀਂ ਇਸ ਤਰ੍ਹਾਂ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਇੱਕ ਚੀਜ਼ ਨੂੰ ਬਹੁਤ ਖਤਰਾ ਆ। ਕਿਹਨੂੰ ਵੇ? ਹਾਲੇਲੂਇਆ। ਦੁਸ਼ਟ ਨੂੰ ਬੜਾ ਖਤਰਾ ਆ, ਡਰੇਗਾ, ਕੰਬੇਗਾ। ਹਾਲੇਲੂਇਆ। ਇਹ ਸਾਡੀ ਨਵੀਂ ਜੀਵਨ ਦੀਆਂ ਨਵੀਆਂ ਜ਼ਿੰਮੇਵਾਰੀਆਂ। ਪੁਰਾਣਾ ਜੀਵਨ ਅਸੀਂ ਛੱਡ ਚੁੱਕੇ ਹਾਂ,
पुराने ख्याल छड़ चुके हैं, पुराने रिवाज छड़ चुके हैं, पुराना सुभाव छड़ चुके हैं, प्राणियां इंसानियत छड़ चुके, वो कपड़े ला चुके हैं पुराने, असि न्यू वस्त्र पाए यीशु मसीह दे लहू दे नाल धो के पाए, यीशु मसीह दे लहू दे नाल नहा के पाए, ओ वस्त्र इहो हन, ए वस्त्र हन परमेश्वर दी आत्मा दे, परमेश्वर दे जलाल दे, परमेश्वर दे जलाल दे, हालेलुया। कई लोग ऐदां दे भी आ चर्च दे विच आ के बड़ी भगती करनी, हालेलुया 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 हालेलुया, तो शब्द तो धन्नवाद तो शब्द तो अलावा कोई शब्द ही नहीं उन्हां नूं आंदा, ऐदां लगना ऐदां लगना, घर दे विच पता लगदा कि बहुत सारे शब्द आंदे उन्हां नूं, ओह कित्थों ट्रेनिंग लई आ, हालेलुया दी चर्च विच मिल गई ट्रेनिंग, बाइबल दी ट्रेनिंग मिल गई, जिहड़ी दूसरी ट्रेनिंग आ उह कौन दिंदा आ, बोल दिओ कौन दिंदा वे, हाँ कौन दिंदा ट्रेनिंग, वो ट्रेनिंग भी नहीं देन दिओ, अपने आप ही बंदा सीखता रहिंदा, बाइबल ट्रेनिंग की लोड़ आ, परमेश्वर के वचन सीखने की लोड़ आ, पर जिहड़ियां बुरियां गल्लां बुरा झगड़ा बुरा आदत आ उन्हां नूं सीखने की भी नहीं लोड़, वो पिछे पईआं हुंदीआं उन्हां नूं चक लैंदे आ, पता पिछे छड्डिया हुंदा ना सारा कुछ, हालेलुया। पतरस ने यीशु मसीह नूं कहा, यीशु मसीह परमेश्वर प्रभु असी सब कुछ पिछे छड्ड के तेरे पिछे उतरे आ, यीशु मसीह सोचदा होवेगा कि इन्हें छड्डिया की आ, यीशु मसीह सोचदा होवेगा इन्हें छड्डिया मच्छियां नूं फड़दा सीगा मच्छियां नूं बेचदा सीगा ते आप ते अपने परिवार का ढिड भरदा सी, कोई अच्छा काम तो नहीं करता सीगा कि इन्हें जज की नौकरी छड्ड के मेरे पिछे आ गया, हालेलुया। कहिंदा इन्हें एक मच्छी जिहड़े फड़दे आ ना उन्होंने कपड़िया चो भी बदबू आती है, है ना, उन्होंने लीड़िया चो भी उन्होंने हाथों की नौह के बिचों भी बदबू आती है, यीशु मसीह ने उन्हों एक नवी जिंदगी दे दिती, नवा जीवन दे दिता, नवे जीवन दी जिम्मेवारियां दे दित्तियां, कह पतरस तू हुण मच्छिया नहीं फड़ेगा, क्योंकि मच्छिया नूं फड़न दे नाल तेरे शरीर चो तेरे नौहां चो तेरे जिसम चो बदबू आंदी सी, इस करके तू हुण मच्छिया नहीं फड़ेगा बल्कि मनुखा नूं फड़ेगा, ते मनुखा नूं फड़ेगा, मनुखा नूं परमेश्वर दे राज्य ले तैयार करेगा, ते तेरे नाम नूं महिमा मिलेगी, ते तेरे तो खुशबू आएगी यीशु दे नाम विच, हालेलुया।